ਅਸਲਾਮੁ ਅਲੈਕਮ ਦੋਸਤੋ ਵੇਖ ਰਹੇ ਹੋ ਤੁਸੀਂ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਖਿਦ ਦੋਸਤੋ ਇਹ ਜਿਹੜੇ ਤੁਹਾਡੇ ਸਾਹਮਣੇ ਇਹ ਭਾਈ ਹੁਰੀ ਕੰਮ ਕਰਦੇ ਪੈਨਾਂ ਇਹ ਪਲੰਬਰ ਸਾਹਿਬ ਸੈਂਟਰੀ ਦਾ ਕੰਮ ਕਰਦੇ ਪੈਨੇ ਯਾਨੀ ਕਿ ਪਾਈਪ ਫਿਟਿੰਗ ਦਾ ਕੰਮ ਕਰਦੇ ਪੈਨੇ ਸਭ ਤੋਂ ਪਹਿਲੇ ਮੈਂ ਇਸ ਬਾਰੇ ਚ ਰੋਸ਼ਨੀ ਪਾਣੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਉਹਨੂੰ ਦੱਸਾਂਗਾ ਕਿ ਆਪਣਾ ਇਹ ਵੀਡੀਓ ਅਪਲੋਡ ਕਰਨ ਦਾ ਮਕਸਦ ਕੀ ਹੈ ਕਿਉਂਕਿ ਅਗਰ ਮੈਂ ਯਕਦਮ ਈਵੇਂ ਗੱਲ ਸ਼ੁਰੂ ਕਰ ਦਿਆਂਗਾ ਨਾ ਤੇ ਫਿਰ ਮੇਰੇ ਦੋਸਤ ਸੋਚਣਗੇ ਕਿ ਭਾਈ ਅਫਦਲ ਵਾਹਿਦ ਇਹ ਯਕਦਮ ਜ਼ਮੀਨਾਂ ਦੇ ਵੀਡੀਓ ਅਪਲੋਡ ਕਰਦਾ ਕਰਦਾ ਐਸ ਪਾਸੇ ਕਿਧਰ ਆ ਗਿਆ ਹੈ ਇਹ ਸਾਨੂੰ ਕੀ ਦਿਖਾਉਂਦਾ ਪਿਆ ਹੈ ਇਹ ਭਾਈ ਉਰੀ ਜਿਹੜੇ ਕਿ ਐਪਲੰਬਰ ਸਾਹਿਬ ਸੈਂਟਰ ਜੀ ਤੇ ਕੰਮ ਕਰਦੇ ਪਏ ਨੇ ਸਾਨੂੰ ਇਹ ਅਬਦਲਵਾਹ ਨੂੰ ਕਿਉਂ ਦਿਖਾਉਂਦਾ ਪਿਆ ਤੇ ਇਸ ਵਾਸਤੇ ਮੈਂ ਦੋਸਤਾਂ ਨੂੰ ਇੱਕ ਗੱਲ ਕਰਾਂਗਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਾਂ ਕਿ ਦੋਸਤਾਂ ਨੂੰ ਅੱਛੀ ਤਰ੍ਹਾਂ ਸਮਝ ਆ ਸਕੇ ਕਿ ਆਪਣਾ ਮਕਸਦ ਕੀ ਏ ਇਸ ਤਰ੍ਹਾਂ ਦੀ ਵੀਡੀਓ ਦਿਖਾਉਣ ਦਾ ਕਿ ਆਪਾਂ ਦੋਸਤਾਂ ਨੂੰ ਜਿਹੜੀ ਇੱਕ ਦਿਖਾਉਂਦੇ ਪਏ ਆ ਇਹ ਪਾਈਪ ਫਿਟਿੰਗ ਯਾਨੀ ਕਿ ਸੈਂਟਰੀ ਦਾ ਕੰਮ ਆਪਾਂ ਦੋਸਤਾਂ ਨੂੰ ਕਿਉਂ ਦਿਖਾਉਂਦੇ ਪਏ ਆ ਕਿ ਬਲੰਬਰ ਸਾਹਿਬ ਕੰਮ ਕਰਦੇ ਪਏ ਨੇ ਆਪਾਂ ਦੋਸਤਾਂ ਨੂੰ ਇਹ ਕਿਉਂ ਦਿਖਾਉਂਦੇ ਪਏ ਆ ਸਭ ਤੋਂ ਪਹਿਲੇ ਇਹ ਮੇਂ ਸ਼ੁਰੂ ਤੋਂ ਲੈ ਕੇ ਦੋਸਤਾਂ ਨੂੰ ਇਹ ਗੱਲ ਕਰਾਂਗਾ ਤੁਸੀਂ ਮੇਰੀ ਇਹ ਗੱਲ ਸੁਣ ਲਓ ਤਸੱਲੀ ਨਾਲ ਮੈਂ ਦੋਸਤਾਂ ਨੂੰ ਦੱਸਣ ਲੱਗਿਆ ਕਿ ਆਪਣੇ ਇੱਕ ਮਾਸ਼ਾਅੱਲਾ ਬਹੁਤ ਹੀ ਅੱਛੇ ਤੇ ਪਿਆਰੇ ਦੋਸਤ ਅਗੇ ਨੇ ਹਾਫਿਜ਼ ਸ਼ਕੂਰੁੱਲਾ ਸਾਹਿਬ ਸਹੀ ਵਾਲਦੇ ਰਿਆਸ਼ੀ ਦੋਸਤੋ ਸਹੀ ਵਾਲ ਯਾਨੀ ਕਿ ਮੇਰੇ ਇਲਾਕੇ ਆਹੋ ਫੋਲੇ ਸ਼ਹਿਰ ਤੋਂ ਕੋਈ 40 ਕਿਲੋਮੀਟਰ ਦਾ ਸਫ਼ਰ ਤੇ ਹੈ ਨਾ ਸਾਈਵਾਲ ਕਿਉਂਕਿ ਸਾਈਵਾਲ ਪਾਕਪਤਨ 52 ਨਗਰ ਮੈਂ ਦੋਸਤਾਂ ਨੂੰ ਗੱਲ ਕਰਦਾ ਹੁਣਾ ਨਾ ਕਿ ਇਲਾਕਾ ਆਪਣੇ ਕੋਲ ਹੀ ਹੈ ਆਪਾਂ ਇੱਥੇ ਆ ਜਿਹੜੇ ਕਿ ਇਹ ਕੰਮ ਕਰਦੇ ਹੁੰਦੇ ਆ ਜ਼ਰੇਈ ਜ਼ਮੀਨਾਂ ਦੇ ਬਾਰੇ ਵਿੱਚ ਕਿਉਂਕਿ ਆਪਣਾ ਆਫਿਸ ਹੈ ਅਰਫ ਵਾਲਾ ਸ਼ਹਿਰ ਤੇ ਦੋਸਤੋ ਇਹ ਸਾਈਵਾਲ ਸ਼ਹਿਰ ਦੇ ਰਹਿਸ਼ੀ ਨੇ ਤੇ ਆਪਣੇ ਮਾਸ਼ੱਲਾ ਬੜੇ अच्छे दोस्त ने ਉਹਨਾਂ ਦੇ ਘਰ ਇੱਕ ਕੰਮ ਹੋ ਰਿਹਾ ਹੈ ਤੇ ਹਾਫਿਜ਼ ਸਾਹਿਬ ਨੇ ਮੈਨੂੰ ਖੁਦ ਇਹ ਵੀਡੀਓ ਬਣਾ ਕੇ ਸੈਂਡ ਕੀਤੀ ਹੈ ਤੇ ਹਾਫਿਜ਼ ਸਾਹਿਬ ਨੇ ਆਪਾਂ ਨੂੰ ਇੱਕ ਵੀਡੀਓ ਬਣਾ ਕੇ ਕਿਉਂ ਸੈਂਡ ਕੀਤੀ ਹੈ ਇਹ ਹੀ ਗੱਲ ਮੈਂ ਦੋਸਤਾਂ ਨਾਲ ਕਰਨੀ ਹੈ ਕਿ ਹਾਫਿਜ਼ ਸਾਹਿਬ ਨੇ ਹਾਫਜ਼ ਸ਼ਕੂਰुल्लाह ਸਾਹਿਬ ਨੇ ਮੈਨੂੰ ਕਾਲ ਕੀਤੀ ਸੀ ਕਿ ਅੱਜ ਤੋਂ ਕੋਈ ਦੋ ਮਾਂ ਪਹਿਲੇ ਦੀ ਗੱਲ ਕਿ ਆਫਿਸ ਸਾਹਿਬ ਨੇ ਮੈਨੂੰ ਇਹ ਗੱਲ ਕੀਤੀ ਸੀ ਕਿ ਭਾਈ ਅਬਦੁਲ ਵਾਹਿਦ ਤੁਸੀਂ ਮੇਰੇ ਮਕਾਨ ਦੀ ਵੀਡੀਓ ਬਣਾਣੀ ਹੈ ਕਿ ਮਕਾਨ ਮੇਰਾ ਇਸ ਜ਼ੇਰੇ ਤਮੀਰ ਹੈ ਤੇ ਬਣਾਉਣ ਤੋਂ ਬਾਅਦ ਮੈਂ ਮਕਾਨ ਦੇਣਾ ਕਿਰਾਏ ਤੇ ਕਿ ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਸੀ ਕਿ ਭਾਈ ਅਬਦੁਲ ਵਾਹਿਦ ਮੈਨੂੰ ਸਿਰਫ ਇੱਕ ਪਲੰਬਰ ਦੀ ਜ਼ਰੂਰਤ ਹੈਗੀ ਹੈ ਉਸ ਤੋਂ ਬਾਅਦ ਮੇਰਾ ਮਕਾਨ ਕਲੀਅਰ ਹੋ ਜਾਏਗਾ ਮੇਰਾ ਕਾਰ ਕਲੀਅਰ ਹੋ ਜਾਏਗਾ ਫਿਰ ਤੁਸੀਂ ਇਹ ਵੀਡੀਓ ਅਪਲੋਡ ਕਰਨੀਏ ਤੇ ਮੈਂ ਆਪਣਾ ਕਾਰ ਦੇਣਾ ਹੈ ਕਿਰਾਏ ਤੇ ਦੋਸਤੋ ਮਤਲਬ ਕਿ ਹਾਫਿਜ਼ ਸਾਹਿਬ ਹੋਰਿਆ ਨੇ ਮੈਨੂੰ ਇਹ ਗੱਲ ਕੀਤੀ ਸੀ ਕਿ ਪਾਈ ਅਬਦਲ ਵਖਦ ਕੋਈ ਅੱਛਾ ਜਾਂ ਗਾਰੰਟੀशुदा ਤੇ ਪਾਇਦਾਰ ਕੰਮ ਕਰਨ ਵਾਲਾ ਫਿਲਹਾਲ ਆਪਾਂ ਨੂੰ ਕੋਈ ਪਲੰਬਰ ਨਹੀਂ ਮਿਲਦਾ ਪਿਆ ਜਦੋਂ ਪਲੰਬਰੀ ਦਾ ਕੰਮ ਕਲੀਅਰ ਹੋ ਜਾਏਗਾ ਤੇ ਫਿਰ ਆਪਾਂ ਮੇਰੇ ਮਕਾਨ ਦੀ ਵੀਡੀਓ अपलोड ਕਰਨੀ ਜਿਹੜਾ ਕਿ ਆਪਾਂ ਕਰਾਇਤ ਦੇਣਾ ਹੈ ਬਹਰਾਲ ਦੋਸਤੋ ਹਾਫਿਜ਼ ਸਾਹਿਬ ਦੇ ਕਹਿਣ ਦੇ ਮੁਤਾਬਕ ਫਰਮੈਥੋਂ ਆਪਣੇ ਸ਼ੇਰ ਅਰਫ ਵਾਲੇ ਦੇ ਵਿੱਚੋਂ ਉੱਥੇ ਪਲੰਬਰ ਭੇਜੇ ਸੀ ਕਿ ਸਾਈਵਾਲ ਪਲੰਬਰ ਗੈਸਨ ਇਥੋਂ ਆਪਣੇ ਅਰਫ ਵਾਲੇ ਸ਼ੇਰ ਦੇ ਪਲੰਬਰ ਗੈਸਨ ਜਿਹੜੇ ਕਿ ਇਹ ਕੰਮ ਕਰਦੇ ਪੈਨੇ ਪਰਾਵਾਂ ਦੇ ਸਾਹਮਣੇ ਤੇ ਮਾਸ਼ਾਅੱਲਾ ਹਾਫਿਜ਼ ਸਾਹਿਬ ਰਹਿੰਦੇ ਪਸੰਦ ਮੁਤਾਬਕ ਕੰਮ ਹੋਇਆ ਸੀ ਤੇ ਹਾਫਿਜ਼ ਸਾਹਿਬ ਆਪਣੇ ਤੋਂ ਜਿਹੜੇ ਕਿ ਬੜੇ ਖੁਸ਼ ਹੋਏ ਸੀ ਤੇ ਉਹਨਾਂ ਨੇ ਮੈਨੂੰ ਇਹ ਵੀਡੀਓ ਬਣਾ ਕੇ ਸੈਂਡ ਕੀਤੀ ਸੀ ਮਤਲਬ ਕਿ ਹਾਫਿਜ਼ ਸਾਹਿਬ ਦੇ ਰਹਿੰਦੇ ਕਹਿਣ ਦੇ ਮੁਤਾਬਕ ਮੈਂ ਇਹ ਵੀਡੀਓ ਅਪਲੋਡ ਕੀਤੀ ਆ ਨਾ ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਏ ਕਿ ਭਾਈ ਅਬਦੁਲ ਵਖਦ ਕਿ ਹੋਰ ਵੀ ਦੋਸਤ ਹੁੰਦੇ ਨੇ ਜਿਨ੍ਹਾਂ ਨੇ ਕਿ ਬੜੇ ਸ਼ੌਕ ਨਾਲ ਆਪਣਾ ਘਰ ਤਿਆਰ ਕੀਤਾ ਹੁੰਦਾ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਖਰਚਾ ਕੀਤਾ ਹੁੰਦਾ ਤੇ ਐਂਡ ਤੇ ਆ ਕੇ ਅਗਰ ਇਹ ਕੰਮ ਯਾਨੀ ਕਿ ਪਲੰਬਰੀ ਵਾਲਾ ਕੰਮ ਸਹੀ ਨਾ ਹੋਵੇ ਤੇ ਫਿਰ بڑا ਦੁੱਖ ਹੁੰਦਾ ਹੈ ਦੋਸਤੋ ਕਿਉਂਕਿ ਹਾਫਿਜ਼ ਸਾਹਿਬ ਉਹਨੇ ਦੀ ਗੱਲ ਵੀ ਠੀਕ ਹੈ ਕਿ ਅਸਲ ਜਿਹੜੀ ਕਿ ਆਪਣੇ ਘਰ ਦੀ 쇼 ਹੁੰਦੀ ਹੈ ਨਾ ਜਿਹੜੀ ਕਿ ਨਜ਼ਰ ਆਣੀ ਹੁੰਦੀ ਹੈ ਉਹ ਸਿਰਫ ਇਹ ਚੀਜ਼ਾਂ ਹੁੰਦੀਆਂ ਨੇ ਕਿ ਆਪਣਾ ਇਹ ਕੰਮ ਕਿਹਦਾ ਹੋ ਰਿਹਾ ਹੈ ਤੇ ਦੋਸਤੋ ਲਿਹਾਜ਼ਾ ਆਪਾਂ ਗੱਲ ਮੁੱਕ ਦੀ ਮਕਾਨੇ ਆਪਾਂ ਵੀਡੀਓ ਕਣੀ ਲੰਮੀ ਨਹੀਂ ਕਰਨਾ ਚਾਹੁੰਦੇ ਸਾਂ ਕਿਸੇ ਵੀ ਮੇਰੇ ਦੋਸਤ ਨੂੰ ਜੜਾ ਕਿ ਅੱਛੇ ਪਲੰਬਰ ਦੀ ਜ਼ਰੂਰਤ ਹੋਵੇ ਤੇ ਮੈਂ ਦੋਸਤਾਂ ਦੀ ਸਹੂਲਤ ਦੀ ਖਾਤਰ ਪਲੰਬਰ ਪੇਜ ਸਕਣਾ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਥੋੜੇ ਖਰਚੇ ਵਿੱਚ ਪਰਾਵਾਂ ਦਾ ਇੱਕ ਨੰਬਰ ਕੰਮ ਹੋਵੇਗਾ ਕਿਉਂਕਿ ਆਪਾਂ ਤਾਲੁਕਾਤ ਕਾਇਮ ਕੀਤੇ ਨੇ ਆਪਾਂ ਮਾਸ਼ਾਅੱਲਾ ਹਰ ਕੰਮ ਦੇ ਵਿੱਚ ਆਪਣੇ ਦੋਸਤ ਬਣਾਏ ਨੇ ਲੇਕਿਨ ਫਿਲਹਾਲ ਜਿਹੜੀ ਕਿ ਸਹੂਲਤ ਹੈਗੀ ਸਿਰਫ ਕਰੀਬ ਕਰੀਬ ਮਤਲਬ ਕਿ ਆਰਫ ਵਾਲਾ ਸਾਈ ਵਾਲ ਪਾਕ ਬਤਨ ਬਹਾਵਲ ਨਗਰ ਬੂਰੇ ਵਾਲਾ ਕਿ ਫਿਲਹਾਲ ਆਪਣੀ ਇਹ ਰਹਿ ਜਾਗੀ ਹੈ ਇਸ ਤੋਂ ਹਟ ਕੇ ਕਿਸੇ ਦੋਸਤ ਨੂੰ ਕਿ ਦੂਰ ਦਰਾਜ਼ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਵਿੱਚ ਪਲੰਬਰ ਦੀ ਜ਼ਰੂਰਤ ਹੋਵੇ ਤੇ ਫਿਲਹਾਲ ਜਿਹੜਾ ਕਿ ਪੱਕਾ ਇਰਾਦਾ ਨਹੀਂ ਹੈਗਾ ਲੇਕਿਨ ਦੋਸਤਾਂ ਨੂੰ ਬਹੁਤ ਜਲਦ ਮੈਂ ਦੱਸ ਦੇਵਾਂਗਾ ਲੇਕਿਨ ਫਿਲਹਾਲ ਆਰਫ ਵਾਲਾ ਸਾਈ ਵਾਲ 52 ਨਗਰ ਪਾਕਪਤਨ ਬੂਰੇ ਵਾਲਾ ਤੇ ਦੋਸਤੋ ਪਲੰਬਰ ਸਾਹਿਬ ਹੁਰੇ ਦੇ ਕਹਿਣ ਦੇ ਮੁਤਾਬਕ ਸਾਹਮਣੇ ਸਕਰੀਨ ਤੇ ਨੰਬਰ ਵੀ ਮੇਰਾ ਹੈਗਾ ਜੀ ਉਹਨਾਂ ਨੇ ਕਿਹਾ ਸੀ ਬਈ ਅਬਦਲ ਵਖਤ ਅਸੀਂ ਕਦੇ ਗੱਲ ਨਹੀਂ ਕੀਤੀ ਹੈਗੀ ਲਿਖਾਤਾ ਸਾਨੂੰ ਗੱਲ ਕਰਨੀ ਨਹੀਂ ਆਣੀ ਕਿਸੇ ਦੋਸਤ ਨਾਲ ਬਰਨ ਸਾਹਮਣੇ ਸਕਰੀਨ ਤੇ ਇਹ ਮੇਰਾ WhatsApp ਨੰਬਰ ਜੀ ਤੁਸੀਂ ਮੈਨੂੰ رابطہ ਕਰਨਾ ਹੈ WhatsApp ਦੇ ذریعے ਤੁਸੀਂ ਚੈਟ ਕਰ ਸਕਦੇ ਜੀ ਵਾਇਸ ਮੈਸੇਜ ਕਰ ਸਕਦੇ ਜੀ ਤੁਹਾਨੂੰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਫੌਰਨ ਰਿਪਲਾਈ ਮਿਲੇਗੀ ਤੇ ਆਪਣਾ ਇਹ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਕਿਸੇ ਦੋਸਤ ਨੂੰ ਡਿਸਕ੍ਰਿਪਸ਼ਨ ਦਾ ਪਤਾ ਨਹੀਂ ਵੀ ਲੱਗਦਾ ਤੇ ਫਿਰ ਵੀ ਇਹ WhatsApp ਨੰਬਰ ਪਰਾਵਾਂ ਦੇ ਸਾਹਮਣੇ ਦੋਸਤੋ WhatsApp ਦੀ ਗੱਲ ਮੈਂ ਇਸ ਵਾਸਤੇ ਕਰਦਾ ਪਿਆ ਦੋਸਤਾਂ ਦੀ ਆਸਾਨੀ ਵਾਸਤੇ ਦੋਸਤਾਂ ਦੀ ਸਹੂਲਤ ਵਾਸਤੇ ਕਿ ਅਕਸਰ ਆਪਾਂ ਕਾਲ ਕਰਨੇ ਆ ਨਾ ਕਾਲ ਦੇ ਵਿੱਚ ਮਸਲਾ ਪੈਦਾ ਹੋ ਜਾਂਦਾ ਹੁੰਦਾ ਹੈ ਲੇਕਿਨ WhatsApp ਦੇ ਵਿੱਚ ਮਸਲਾ ਪੈਦਾ ਕਦੇ ਵੀ ਨਹੀਂ ਹੁੰਦਾ ਹੈਗਾ ਇੱਕ ਰਿਕਾਰਡ ਬੰਦੇ ਕੋਲ ਪਿਆ ਹੁੰਦਾ ਹੈ ਇੱਕ ਸਬੂਤ ਪਿਆ ਹੁੰਦਾ ਹੈ ਕਿ ਅਕਸਰ ਦੋਸਤ ਕਾਲ ਕਰਦੇ ਨੇ ਕਾਲ اٹੈਂਡ ਨਹੀਂ ਹੁੰਦੀ ਕਿਉਂਕਿ ਜ਼ਾਹਰ ਕਾਫੀ ਮਸਰੂਫੀਅਤ ਹੁੰਦੀ ਹੈ ਉਸ ਤੋਂ ਬਾਅਦ ਕਾਲਾਂ ਹੋਰ ਆ ਜਾਂਦੀਆਂ ਨੇ ਮਤਲਬ ਕਿ نیچے ਵਾਲੀ ਕਾਲ نیچے ਦਬ ਕੇ ਰਹਿ ਜਾਂਦੀ ਹੈ ਉਸ ਤੋਂ ਬਾਅਦ ਪਤਾ ਨਹੀਂ ਚੱਲਦਾ ਕਿ ਕਿਹੜੇ ਕਿਹੜੇ ਦੋਸਤਾਂ ਪਰ ਨੂੰ ਕਾਲ ਕਰਦੇ ਰਹੇ ਨੇ ਜਹਾਜ਼ਾ ਇਹ WhatsApp ਨੰਬਰ ਪਰਾਵਾਂ ਦੇ ਸਾਹਮਣੇ ਤਕਰੀਬਨ 24 ਘੰਟੇ ਔਨ ਹੁੰਦਾ ਹੈ ਤੁਸੀਂ ਮੈਨੂੰ ਚੈਟ ਕਰਨੀ ਹੈ ਵਾਇਸ ਮੈਸੇਜ ਕਰਨਾ ਤੁਹਾਨੂੰ ਇਨਸ਼ਾਅੱਲਾ ਫੌਰਨ ਰਿਪਲਾਈ ਮਿਲੇਗੀ ਤੇ ਦੋਸਤਾਂ ਨੂੰ ਅੱਛਾ ਬਰੋਸੇਮੰਦ ਪਲੰਬਰ ਕਰ ਮਿਲ ਜਾਏਗਾ ਤੇ ਦੋਸਤੋ ਇਹ ਆਪਣੀ ਗੱਲ ਬਾਤ ਹੈਗੀ ਸੀ ਆਪਣੀ ਵੀਡੀਓ ਹੈਗੀ ਸੀ ਜਿਹੜੀ ਕਿ ਹਾਫਜ਼ ਸ਼ਕਰੂਲਾ ਸਾਹਿਬ ਨੇ ਆਪਾਂ ਨੂੰ ਕਿਹਾ ਸੀ ਕਿ ਲਾਜ਼ਮੀ ਭਾਈ ਅਬਦੁਲ ਵਾਖਤ ਤੁਸੀਂ ਆਪਣੀ ਵੀਡੀਓ ਅਪਲੋਡ ਕਰਨੀ ਹੈ ਇਹ ਦੋਸਤੋ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜਕਮੈਂਟਸ ਲੈ ਕੇ ਪਹੁੰਚੋ ਇਨਸ਼ਾ ਅੱਲਾਹ ਤਾਲਾ ਬਾਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼